ਆਉਂਦੇ ਨਹੀਂ ਗਏ ਇੱਥੋਂ, ਗੱਡੀ ਦੇ ਵਿੱਚ ਆਉਂਦੇ ਆਉਂਦੇ ਬਰਫ਼ ਦੇ ਤੋਂ ਗੱਡੀ ਤਿਲਕ ਪਏ। ਕਿੱਥੇ ਸੀਗੇ ਡਿਊਟੀ? ਇਹ ਲੇਹ ਤੋਂ ਉੱਪਰ ਸੀਗੇ ਲਾਕ। ਕਦੋਂ ਪਤਾ ਲੱਗਿਆ ਤੁਹਾਨੂੰ, ਕਿਵੇਂ ਜਾਣਕਾਰੀ ਮਿਲੀ? ਸਾਨੂੰ ਇਹਨਾਂ ਨੇ 11 ਵਜੇ ਫੋਨ ਮੰਗਿਆ ਜੀ, ਦੂਏ ਛੋਟੇ ਮੁੰਡੇ ਦਾ, ਰਾਤ ਨੂੰ। ਛੋਟਾ ਮੁੰਡਾ ਸਾਡਾ ਨਾ ਸਿੱਕਮ ਅਸਾਮ 'ਚ। ਕਿੰਨੇ ਬੇਟੇ ਨੇ ਤੁਹਾਡੇ? 3 ਬੇਟੇ ਹੈ। ਕਿੰਨੇ ਨੇ ਆਰਮੀ ਸੇਵਾ? ਆਰਮੀ 'ਚ 2 ਸੀਗੇ, ਛੋਟਾ ਘਰੇ ਪ੍ਰਾਈਵੇਟ ਹੈ। ਕਦੋਂ ਭਰਤੀ ਹੋਏ ਸੀਗੇ? ਭਰਤੀ ਇਹ ਹੋਏ 2008 'ਚ। 2008 ਵਿੱਚ। ਕਿੰਨੇ ਬੱਚੇ ਨੇ? 2 ਗੁੱਡੀਆਂ ਨੇ। ਬੇਟਾ ਇੱਕ ਸ਼ਹੀਦ ਹੋਇਆ। ਹਾਂ। ਲਾਸਟ ਵਾਰ ਕਦੋਂ ਗੱਲ ਹੋਈ ਸੀ ਤੁਹਾਡੇ ਨਾਲ? ਲਾਸਟ ਕੱਲ੍ਹ 12 ਵਜੇ ਹੀ ਛੋਟੇ ਮੁੰਡੇ ਨੂੰ ਹੋਈ ਸੀ। ਕੀ ਕਿਹਾ ਜਾ ਰਿਹਾ ਸੀ ਗੱਲਾਂ? ਉਹਨਾਂ ਤਾਂ ਬਸ ਅਸੀਂ ਕਿਹਾ ਸੀ, ਕਹਿੰਦਾ ਵੀ ਜਾਂ ਮੈਂ ਕੱਲ੍ਹ ਨੂੰ ਰਾਹ 'ਚ ਰੁਕਾਂਗੇ ਤਾਂ ਗੱਲ ਕਰੂੰਗਾ, ਵੀ ਨਹੀਂ ਮੈਂ ਪਰਸੋਂ ਨੂੰ ਥੱਲੇ ਉਤਰ ਕੇ ਗੱਲ ਕਰੂੰਗਾ। ਛੁੱਟੀ ਕਦੋਂ ਆਈ ਸੀ ਲਾਸਟ ਵਾਰ? ਛੁੱਟੀ ਤਾਂ ਹੁਣ 1.5-2 ਮਹੀਨੇ ਉਹਨੇ ਇੱਥੋਂ ਛੁੱਟੀ ਕੱਟ ਕੇ ਉੱਥੇ ਗਿਆ। ਪਹਿਲਾਂ ਕਿੱਥੇ ਸੀਗੀ ਡਿਊਟੀ? ਪਹਿਲਾਂ ਡਿਊਟੀ ਉਹ ਫਿਰੋਜ਼ਪੁਰ ਦੀ, ਫਿਰੋਜ਼ਪੁਰ ਤੋਂ ਫਿਰ ਸ਼੍ਰੀਨਗਰ ਗਿਆ, ਸ਼੍ਰੀਨਗਰ ਤੋਂ ਹੁਣ ਘਰੇ ਛੁੱਟੀ ਕੱਟ ਕੇ ਸਿੱਧਾ ਹੀ ਲੇਹ ਨੂੰ ਗਿਆ। ਕਿਸੇ ਵੱਡੇ ਅਫਸਰ ਨਾਲ ਗੱਲ ਹੋਈ ਫੌਜ ਦੇ ਵਿੱਚ? ਕਿਸੇ ਅਫਸਰ ਨਾਲ? ਅਜੇ ਨਹੀਂ ਕਿਸੇ ਨਾਲ ਹੋਈ ਹੈਗੀ। ਕੀ ਮੈਸੇਜ ਦਿੱਤਾ ਤੁਹਾਨੂੰ ਉਹਨਾਂ ਨੂੰ ਵੀ ਕੀ ਘਟਨਾ ਵਾਪਰੀ ਹੈ? ਉਹ ਤਾਂ ਹੀ ਮੁੰਡੇ ਨੂੰ ਪਤਾ, ਉਹਦੇ ਆਏ 'ਤੇ ਹੀ ਪਤਾ ਲੱਗਣਾ। ਉਹਦੇ ਨਾਲੇ ਫਿਰ ਗੱਲ ਕਰੀ ਉਹਨਾਂ ਨੂੰ, ਉਹਦਾ ਨੰਬਰ ਲੈ ਲਿਆ ਸੀ ਉਹਨਾਂ ਨੇ, ਉਹਨੂੰ ਹੀ ਪਤਾ ਹੁਣ ਆਏ 'ਤੇ ਪਤਾ ਲੱਗੂ। ਤਾਂ ਕੀ ਤੁਹਾਡਾ ਦੇਸ਼ ਲਈ ਪੁੱਤ ਵਾਰਿਆ ਗਿਆ ਤੁਸੀਂ, ਕਿੰਨਾ ਕੁ ਲੱਗ ਰਿਹਾ ਵੀ ਤੁਹਾਡੇ ਪੁੱਤਰ ਦੀ ਸ਼ਹਾਦਤ ਹੋਈ ਆ ਦੇਸ਼ ਲਈ? ਇੱਕ ਦੁਸ਼ਮਣਾਂ ਨਾਲ ਉੱਥੇ ਗਏ ਅਤੇ ਵਾਪਸ ਆਏ, ਕਿੱਦਾਂ? ਉਹ ਤਾਂ ਹੈ ਜੋ ਮੇਰੇ ਕਿੱਦਾਂ ਦਾ ਬਚਪਨ ਗਿਆ ਜੀ? ਬਚਪਨ ਦਾ ਵਧੀਆ, ਪੜ੍ਹਨ ਨੂੰ ਵੀ, ਸਕੂਲ ਦੇ ਵਿੱਚ ਵੀ ਜਦੋਂ ਆਉਂਦੇ ਸੀ ਮਾੜਾ ਮੋਟਾ, ਇੱਥੇ ਵੀ ਸੇਵਾ ਸੁਵਾ ਕਰੇ, ਅਤੇ ਖੇਡਾਂ ਵਿੱਚ ਨਹੀਂ ਸੀਗੇ, ਯਾਨੀ ਪੜ੍ਹਾਈ 'ਚ ਸੀਗਾ, ਹੁਣ ਵੀ ਪੜ੍ਹ ਰਿਹਾ ਸੀ ਉੱਥੇ। ਆਰਮੀ 'ਚ ਜਾਣ ਦਾ ਉਹਨੂੰ ਸ਼ੌਂਕ ਸੀ ਜਾਂ? ਹਾਂ ਜੀ, ਸ਼ੌਂਕ ਪਹਿਲਾਂ ਦੀ ਸੇਵਾ ਲਈ ਗਏ ਨੇ, ਕਹਿੰਦਾ ਦੀ ਸੇਵਾ ਲਈ ਇੱਕ ਜਜ਼ਬਾ ਹੁੰਦਾ ਕਹਿੰਦਾ। ਉਹ ਕਹਿੰਦਾ ਜੀ, ਕਹਿੰਦਾ ਭਰਤੀ ਹੋਣਾ, ਉਹਨੂੰ ਦੇਖ ਕੇ ਦੂਜਾ ਭਰਾ ਵੀ ਉਹਦਾ ਭਰਤੀ, ਉਹਨੂੰ ਦੇਖ ਕੇ ਵੀ ਦੂਆ ਵੀ ਹੋ ਗਿਆ, ਯਾਨੀ ਇਹ ਤੋਂ ਬਾਅਦ 'ਚ ਫਿਰ ਸਾਡੇ ਪਿੰਡ ਦੇ 4 ਜਣੇ ਹੋਏ ਨੇ, ਪਹਿਲਾਂ ਇਕੱਲਾ ਹੀ ਹੋਇਆ ਸੀ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਿੰਮਤ ਸਿੰਘ ਹੈ ਜੀ। ਜਿਹੜਾ ਨੌਜਵਾਨ ਅੱਜ ਸ਼ਹੀਦ ਹੋਇਆ, ਉਹਨਾਂ ਆਪਣਾ ਦੁਸ਼ਮਣਾਂ ਦੇ ਨਾਲ ਜਾਣ ਕਰਦੇ ਆ, ਕਿਹੋ ਜਿਹੀ ਘਟਨਾ ਵਾਪਰੀ ਆ? ਬਹੁਤ ਇਹ ਤਾਂ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ, ਬਰਫ਼ ਦੀ ਸਲਾਈਡਿੰਗ ਹੋਣ ਕਾਰਨ ਇਹ ਹਾਦਸਾ ਹੋਇਆ, ਜਿਹਦਾ ਰਾਤ 12 ਵਜੇ ਇਹਨਾਂ ਦੇ ਘਰਦਿਆਂ ਨੂੰ ਮੈਸੇਜ ਫੋਨ ਕਰਕੇ ਹੀ ਦਿੱਤਾ ਗਿਆ। ਇਹਨਾਂ ਦੇ ਬ੍ਰਦਰ ਨੂੰ ਜਿਹੜਾ ਦੂਜਾ ਮਿਲਟਰੀ 'ਚ ਜੋਬ ਕਰਦਾ, ਇਹਨੂੰ ਦੇਖ ਕੇ ਉਹ ਭਰਤੀ ਹੋਇਆ ਸੀਗਾ। ਇਹਨਾਂ ਨੂੰ ਕਿਉਂਕਿ ਪਰਿਵਾਰ ਪਹਿਲੇ ਦਿਨ ਤੋਂ ਹੀ ਦੇਸ਼ ਭਗਤੀ ਵੱਲ ਹੈ, ਅਤੇ ਇਹਨਾਂ ਦਾ ਜਜ਼ਬਾ ਵੀ ਫੌਜ 'ਚ ਜਾਣ ਦਾ ਸੀ ਪਹਿਲੇ ਬੱਚਿਆਂ ਦਾ, ਪਹਿਲੇ ਦਿਨ ਤੋਂ ਹੀ। ਛੋਟੇ ਨੂੰ ਦੇਖ, ਵੱਡੇ ਨੂੰ ਦੇਖ ਕੇ ਛੋਟਾ ਭਰਤੀ ਹੋ ਗਿਆ, ਪਰ ਹੁਣ ਜਿਹੜਾ ਪੁੱਤ ਹੱਥੋਂ ਗਵਾ ਲਿਆ, ਅਸੀਂ ਆਪਣਾ ਜਵਾਈ ਹੱਥੋਂ ਗਵਾ ਲਿਆ ਸੀ, ਉਹ ਘਾਟਾ ਨਾ ਪੂਰਾ ਹੋ ਸਕਦਾ ਨਾ ਹੋਣਾ, ਨਾ ਹੀ ਕੋਈ ਦੇਸ਼ ਪੂਰਾ ਕਰ ਸਕਦਾ। ਪਰ ਸਾਨੂੰ ਇੱਕ ਮਾਣ ਹੈ ਵੀ ਸਾਡਾ ਬੱਚਾ ਦੇਸ਼ ਕੌਮ ਦੀ ਖਾਤਰ ਸ਼ਹਾਦਤ ਦਿੱਤੀ ਹੈ ਜਿਸਨੇ, ਇਹ ਨਾ ਘਾਟਾ ਪੂਰਾ ਹੋਣੇ ਵਾਲਾ ਘਾਟਾ ਹੈ ਜੀ। ਰਾਤੀ ਫੋਨ ਆਇਆ ਸੀ ਐਸਟੀਡੀ ਤੋਂ, ਕਹਿੰਦੇ ਵੀ ਇੱਦਾਂ ਫਾਦਰ ਸਾਹਿਬ ਦਾ ਨੰਬਰ ਚਾਹੀਦਾ। ਮੈਂ ਕਿਹਾ ਮੈਂ ਫੈਮਿਲੀ ਮੈਂਬਰ ਹਾਂ, ਮੈਨੂੰ ਦੱਸੋ। ਉਹਨਾਂ ਨੇ ਮੈਨੂੰ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ, ਉਹਨਾਂ ਨੇ ਘਰੇ ਇੱਥੇ ਫੋਨ ਕੀਤਾ, ਉਹਨਾਂ ਨਾਲ ਵੀ ਇੰਨੀ ਕਨਫਰਮ ਨਹੀਂ ਗੱਲ ਕੀਤੀ ਨਹੀਂ, ਕਹਿੰਦੇ ਠੀਕ ਹੈ ਸਾਰਾ। ਫਿਰ ਸਾਡੇ ਮੇਰਾ ਦਿਓਰ ਹੈ ਛੋਟਾ, ਉਹਦੀ ਜੁੰਟ ਵਿੱਚ ਫੋਨ ਕੀਤਾ, ਉਹਨੂੰ ਸਾਰੀ ਗੱਲ ਦੱਸੀ ਆ ਉਹਨਾਂ ਨੇ। ਤੁਹਾਡੀ ਲਾਸਟ ਕਦੋਂ ਗੱਲਬਾਤ? 11:30 ਦੇ ਕਰੀਬ ਹੋਈ ਹੈ। ਕੀ ਕਿਹਾ ਜਾ ਰਿਹਾ ਸੀ ਉਹਨਾਂ ਨੇ? ਉਹ ਕਹਿੰਦੇ ਅਸੀਂ ਨੀਚੇ ਡਾਊਨ ਹੋ ਰਹੇ ਹਾਂ ਜੁੰਟ, ਅਸੀਂ ਨੀਚੇ ਜਾ ਕੇ ਵੀਡੀਓ ਕਾਲ ਕਰਾਂਗੇ, ਉੱਥੇ ਨੈੱਟ ਆ ਜਾਊਗਾ। ਕਿਤੇ ਕਿਤੇ ਨੈੱਟ ਆਉਂਦਾ ਸੀ, ਉੱਥੇ ਗੱਲ ਕਰੀ ਆ ਉਹਨਾਂ ਨੇ। ਲਾਸਟ ਵਾਰ ਛੁੱਟੀ ਕਦੋਂ ਆਈ ਸੀ? ਲਾਸਟ ਵਾਰ ਹੁਣ 10 ਅਪ੍ਰੈਲ ਨੂੰ ਛੁੱਟੀ ਕੱਟ ਕੇ ਗਏ ਨੇ। ਬੱਚੇ ਕਿੰਨੇ ਨੇ? ਬੱਚੇ 2 ਨੇ। ਦੇਸ਼ ਲਈ ਮੇਰਾ ਪਤੀ ਸ਼ਹੀਦ ਹੋਇਆ, ਗੱਲ ਹੈ, ਦੁੱਖ ਹੀ ਬਹੁਤ ਗੱਲ ਹੈ। ਸਾਡੇ ਪਿੰਡ ਦੇ ਸਲੌਦੀ ਦੇ ਵਿੱਚ ਇੱਕ ਨੌਜਵਾਨ ਸ਼ਹੀਦ ਹੋਇਆ, ਕਿਹੋ ਜਿਹਾ ਮਹਿਸੂਸ ਹੈ? ਮਹਿਸੂਸ ਤਾਂ ਕੁਛ ਨਹੀਂ ਹੋ ਰਿਹਾ ਜੀ, ਮੈਨੂੰ ਤਾਂ ਇਨਸਾਫ ਚਾਹੀਦਾ, ਮੇਰਾ ਤਾਂ ਪਤੀ ਚਾਹੀਦਾ, ਮੈਨੂੰ ਮੇਰੇ ਬੱਚਿਆਂ ਦਾ ਬਾਪ ਚਾਹੀਦਾ।